ਅੱਜ 2 ਮਈ ਦੇ ਦਿਨ ਨੂੰ ਪੰਜਾਬ ਸਰਕਾਰ ਹੋਮ ਡਿਪਾਰਟਮੈਂਟ ਦੀ ਐਡੀਸ਼ਨਲ ਜਿਹੜੀ ਰੈਸਟ੍ਰਿਕਸ਼ਨਸ ਆਈਆਂ ਨੇ ਜਿਹਦੇ ਕਰਕੇ ਜਿਹੜਾ ਹੈ 2 ਮਈ ਤੋਂ ਲੈ ਕੇ 15 ਮਈ ਤੱਕ ਪਾਰਸ਼ਲ ਲਾਕਡਾਊਨ ਲੱਗ ਰਿਹਾ ਹੈ ਇਹਨਾਂ ਹਦਾਇਤਾਂ ਦੇ ਵਿੱਚ ਜਿਹੜੀ ਪਹਿਲਾ 27 April ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀਗੇ ਜਿਹਦੇ ਵਿੱਚ ਕੋਈ ਰੈਸਟ੍ਰਿਕਸ਼ਨਸ ਲਗਾਈਆਂ ਗਈਆਂ ਸੀਗੇ ਉਹਨਾਂ ਤੋਂ ਵੀ ਹੁਣ ਐਡੀਸ਼ਨਲ ਰੈਸਟ੍ਰਿਕਸ਼ਨਸ ਲਗਾ ਦਿੱਤੀਆਂ ਨੇ ਇਨਾਂ ਦੇ ਵਿੱਚੋਂ ਜਿਹੜੀ ਮੇਜਰ ਪਬਲਿਕ ਦੇ ਲਈ ਅਹਿਮ ਅਦਾਇਤਾ ਨੇ ਉਹ ਮੈਂ ਗੋ ਥਰੂ ਕਰਾਂਗਾ ਤੇ ਸਭ ਤੋਂ ਪਹਿਲਾਂ ਤਾਂ ਜਿਹੜੀ ਵੀ ਦੁਕਾਨਾਂ ਹੁਣ ਹੈਗੀਆਂ ਕੱਲ ਤੋਂ ਜਿਹੜੀ ਵੀ ਨੌਨੈਸੈਂਸ਼ੀਅਲ ਦੁਕਾਨਾਂ ਨੇ ਉਹ ਸਾਰੀਆਂ ਬੰਦ ਰਹਿਣਗੀਆਂ ਕੱਲ ਤੋਂ ਸੇ ਜਿਹੜੀ ਦੁਕਾਨਾਂ ਖੁੱਲ੍ਹੀ ਰਹਿ ਸਕਦੀਆਂ ਉਹ ਜਿੱਦਾਂ ਬਿਲਕੁਲ ਹੀ ਜ਼ਰੂਰਤ ਦੀ ਜਿਹੜੀ ਦੁਕਾਨਾਂ ਨੇ ਜਿਵੇਂ ਕਿ ਦੁੱਧ ਦਹੀਂ ਯਾ ਇਸ ਟਾਈਪ ਦੇ ਸਬਜ਼ੀ ਫਲ ਪੋਲਟਰੀ ਦੇ ਆਈਟਮ ਐਗਸ ਦਾ ਜਿਹੜੇ ਹੈਗੇ ਮੀਟ ਤੇ ਮੋਬਾਈਲ ਰਿਪੇਅਰ ਇਸ ਟਾਈਪ ਦੀ ਜਿਹੜੀ ਦੁਕਾਨਾਂ ਹੈ ਜਿਹੜੀ ਐਸੈਂਸ਼ੀਅਲ ਕੈਟਾਗਰੀ ਦੇ ਵਿੱਚ ਆਂਦੀਆਂ ਨੇ ਉਹ ਖੁੱਲੀਆਂ ਰਹਿ ਸਕਦੀਆਂ ਨੇ ਇਸ ਤੋਂ ਇਲਾਵਾ ਜਿਹੜੀ ਹੈਗੀ ਨੌਨ ਐਸੈਂਸ਼ੀਅਲ ਕੈਟਾਗਰੀਜ਼ ਦੀ ਜਿਹੜੀ ਦੁਕਾਨਾਂ ਨੇ ਉਹ 15 ਮਈ ਤੱਕ ਬੰਦ ਰਹਿਣਗੀਆਂ ਇਸ ਤੋਂ ਇਲਾਵਾ ਜਿਹੜੇ ਲੈਬੋਰੀਟਰੀ ਨਰਸਿੰਗ ਹੋਮ ਜਾਂ ਮੈਡੀਕਲ ਐਸਟੈਬਲਿਸ਼ ਨੇ ਉਹ ਖੁੱਲੇ ਰਹਿ ਸਕਦੇ ਨੇ ਐਸੈਂਸ਼ੀਅਲ ਦੇ ਵਿੱਚ ਤੇ ਹੁਣ ਜਿਹੜਾ ਪੰਜਾਬ ਸਟੇਟ ਦੇ ਵਿੱਚ ਕੋਈ ਵੀ ਬਾਹਰ ਤੋਂ ਜਿਹੜਾ ਆਣਾ ਹੈ ਉਹ ਐਂਟਰ ਜੇਕਰ ਕਰਦਾ ਹੈ ਤੇ ਉਹਨਾਂ ਦੇ ਕੋਵਿਡ ਦੀ ਨੈਗੇਟਿਵ ਰਿਪੋਰਟ 72 ਘੰਟੇ ਪੁਰਾਣੀ ਤੱਕ ਉਹ ਜ਼ਰੂਰੀ ਹੈ ਸੋ ਆਰਟੀਪੀਸੀਆਰ ਜਾਂ ਹੋਰ ਜਿਹੜੇ ਕੋਵਿਡ ਦੇ ਸਟੈਂਡਰਡ ਟੈਸਟ ਨੇ ਕੋਵਿਡ ਨੈਗੇਟਿਵ ਰਿਪੋਰਟ 72 ਘੰਟੇ ਪੁਰਾਣੀ ਜ਼ਰੂਰੀ ਹੋਏਗੀ ਜਾਂ ਆ ਜਾਂ ਫਿਰ ਉਹਨਾਂ ਦਾ ਵੈਕਸੀਨੇਸ਼ਨ ਦਾ ਸਰਟੀਫਿਕੇਟ ਜੇਕਰ ਐਟਲੀਸਟ ਇੱਕ ਡੋਜ਼ ਲੱਗੀ ਹੋਵੇ ਉਹ ਵੀ 2 ਹਫ਼ਤੇ ਤੋਂ ਪਹਿਲਾਂ ਸੋ ਜੇਕਰ ਤੁਹਾਡੇ 14 ਦਿਨਾਂ ਤੋਂ ਪਹਿਲਾਂ ਇੱਕ ਡੋਜ਼ ਵੈਕਸੀਨੇਸ਼ਨ ਲੱਗੀ ਹੈ ਤਾਂ ਤੁਹਾਨੂੰ ਜਿਹੜਾ ਹੈਗਾ ਕੋਵਿਡ ਅ ਨੈਗੇਟਿਵ ਰਿਪੋਰਟ ਦੀ ਲੋੜ ਨਹੀਂ ਪੈਣੀ ਠੀਕ ਹੈ ਸੋ ਇਹ ਦੋਨਾਂ ਚੋਂ ਇੱਕ ਚੀਜ਼ ਦੀ ਲੋੜ ਇਹਦੇ ਵਿੱਚ ਜ਼ਰੂਰੀ ਹੈ ਜਿਨੇ ਗਵਰਨਮੈਂਟ ਆਫਿਸਸ ਨੇ ਉਹ 50% ਸਟਰੈਂਥ ਤੇ ਹੀ ਹੁਣ ਕੰਮ ਕਰਨਗੇ ਇਸ ਤੋਂ ਇਲਾਵਾ ਜਿਹੜੇ ਹੋਮ ਡਿਪਾਰਟਮੈਂਟ ਦੀ ਹਦਾਇਤਾਂ ਨੇ ਉਹਦੇ ਵਿੱਚ ਲਿਖਿਆ ਵੀ ਜਿਹੜੇ 4 ਵੀਲਰ ਵਹੀਕਰ ਨੇ ਜਿੱਦਾਂ ਕਿ ਕਾਰ ਟੈਕਸੀ ਤੇ ਉਹਦੇ ਵਿੱਚ ਦੋ ਹੀ ਪੈਸੇਂਜਰ ਅਲਾਉਡ ਹੋਣਗੇ ਜੇਕਰ ਕੋਈ ਮੋਟਰਸਾਈਕਲ ਹੈ ਤੇ ਉਹਦੇ ਵਿੱਚ ਵੀ ਮੋਟਰਸਾਈਕਲ ਸਕੂਟਰ ਟੂ ਵੀਲਰ ਤੇ ਇੱਕੋ ਹੀ ਬੰਦਾ ਬੈਠੇਗਾ ਇੱਕ ਤੋਂ ਜ਼ਿਆਦਾ ਬਹਿ ਸਕਦਾ ਜੇਕਰ ਉਹ ਇੱਕੋ ਹੀ ਪਰਿਵਾਰ ਦੇ ਜੀ ਨੇ ਫਿਰ ਇੱਕ ਤੋਂ ਵੱਧ ਬਹਿ ਸਕਦੇ ਨੇ ਹੁਣ ਜਿਹੜੀ ਹੋਰ ਰੈਸਟ੍ਰਿਕਸ਼ਨਸ ਬਤਾ ਕੇ ਕੋਈ ਵੀ ਗੈਦਰਿੰਗ 10 ਬੰਦਿਆਂ ਤੋਂ ਉੱਤੇ ਦੀ ਨਹੀਂ ਅਲਾਉਡ ਭਾਵੇਂ ਉਹ ਕੋਈ ਵਿਆਹ ਹੋਵੇ ਜਾਂ ਕੋਈ ਕਰੀਮੇਸ਼ਨ ਹੋਵੇ ਫਿਊਨਰਲ ਹੋਵੇ ਤੇ ਇਹਨਾਂ ਦੇ ਉੱਤੇ 10 ਬੰਦਿਆਂ ਤੋਂ ਉੱਤੇ ਕਿਤੇ ਵੀ ਅਲਾਉ ਨਹੀਂ ਸੋ ਹੁਣ ਇੱਕ ਹਦਾਇਤ ਕੀਤੀ ਜਾਗੀ ਵੀ ਸਾਰੇ ਪਿੰਡ ਹਾਲੇ ਵਾਸੀਆਂ ਨੂੰ ਅਪੀਲ ਹੈ ਵੀ ਆਪਣੇ ਆਪਣੇ ਪਿੰਡਾਂ ਦੇ ਵਿੱਚ ਠਿਕਰੀ ਪੈਰਾ ਲਗਾਓ ਨਾਈਟ ਕਰਫਿਊ ਤੇ ਵੀਕਐਂਡ ਕਰਫਿਊ ਉੱਥੇ ਦੀ ਕੰਪਲਾਈਐਂਸ ਕੀਤੀ ਜਾਵੇ ਜਿੰਨੇ ਵੀ ਧਾਰਮਿਕ ਸੰਸਥਾਨ ਨੇਵੇਂ ਮੰਦਿਰ ਗੁਰਦੁਆਰੇ ਮਸਜਿਦ ਤੇ ਚਰਚੇ ਇਸ ਇਹ ਸਾਰਿਆਂ ਦੇ ਉੱਤੇ ਜਿਹੜਾ ਹੈਗਾ ਡੇਲੀ ਦਾ ਟਾਈਮ 6 ਵਜੇ ਬੰਦ ਇਹਨਾਂ ਤੇ ਰੈਸਟ੍ਰਿਕਸ਼ਨ ਹੋएगी ਵੀ 6 ਵਜੇ ਤੱਕ ਅਲਾਉਡ ਹੈ ਤੇ ਉੱਥੇ ਵੀ ਇਹ ਅਪੀਲ ਕੀਤੀ ਜਾਂਦੀ ਹੈ ਵੀ ਕੋਈ ਵੀ ਭੀੜ ਭੜਾਕਾ ਨਾ ਕੀਤਾ ਜਾਵੇ ਮੈਨੇਜਮੈਂਟ ਨੂੰ ਅਪੀਲ ਕੀਤੀ ਜਾਂਦੀ ਹੈ ਤੇ ਕਾਲਾ ਬਾਜ਼ਾਰੀ ਕਿਸੇ ਵੀ ਤਰੀਕੇ ਦੀ ਕੋਵਿਡ ਦੇ ਖਿਲਾਫ ਕੋਵਿਡ ਦੀ ਜੰਗ ਦੇ ਵਿੱਚ ਜੇਕਰ ਕੋਈ ਵੀ ਕਾਲਾ ਬਾਜ਼ਾਰੀ ਕੀਤੀ ਉਹਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਊਗੀ ਇਸ ਤੋਂ ਇਲਾਵਾ ਜਿਹੜੇ ਵੀ ਰੈਸਟੋਰਾਂ ਨੇ ਬਾਰ ਕੈਫੇ ਉਹ ਹੋਮ ਡਿਲੀਵਰੀ ਕਰ ਸਕਦੇ ਨੇ 9 ਵਜੇ ਤੱਕ ਲੇਕਿਨ ਕਿਸੇ ਵੀ ਰੈਸਟੋਰਾਂ ਦੇ ਅੰਦਰ ਕੋਈ ਵੀ ਡਾਈਨ ਇਨ ਫੈਸਿਲਿਟੀ ਨਹੀਂ ਅਲਾਉ ਕੀਤੀ ਜਾਏਗੀ ਤੇ ਸਾਰੇ ਵੀ ਵੀਕਲੀ ਬਾਜ਼ਾਰ ਜਿਹੜੇ ਕਿ ਆਪਣੇ ਵੀਕਲੀ ਮਾਰਕੀਟ ਲੱਗਦੇ ਨੇ ਆਪਣੀ ਮੰਡੀ ਉਹ ਵੀ ਬੰਦ ਰਹਿਣਗੇ ਤੇ ਕਿਸੇ ਵੀ ਟਾਈਪ ਦੀ ਸੋਸ਼ਲ ਕਲਚਰਲ ਸਪੋਰਟਸ ਗੈਦਰਿੰਗ ਕੋਈ ਵੀ ਫੰਕਸ਼ਨ ਕੋਈ ਵੀ ਇਨੋਗਰੇਸ਼ਨ ਫੰਕਸ਼ਨ ਨਹੀਂ ਕੀਤਾ ਜਾਊਗਾ ਜੇਕਰ ਕੋਈ ਵੀ ਇਸ ਟਾਈਪ ਦਾ ਛੋਟਾ ਵੀ ਫੰਕਸ਼ਨ ਕਰਨਾ ਹੈ ਤਾਂ ਡੀਸੀ ਆਫਿਸ ਦੇ ਵਿੱਚੋਂ ਪਰਮਿਸ਼ਨ ਲੈਤੀ ਜਾਊਗੀ ਜਿਹੜੇ ਕੀ ਅਖਤਿਆਰ ਅਸੀਂ ਸਾਰੇ ਐਸਡੀਐਮਸ ਨੂੰ ਦਵਾਂਗੇ ਤਾਂ ਸਬੰਧਤ ਐਸਡੀਐਮ ਕੋਈ ਜਿਹੜੀ ਹੈਗੀ ਛੋਟੀ 10 ਲੋਕਾਂ ਦੀ ਗੈਦਰਿੰਗ ਵੀ ਕਰਨੀ ਹੈ ਤਾਂ ਉਹਦੇ ਲਈ ਐਸਡੀਐਮ ਵੱਲੋਂ ਪਰਮਿਸ਼ਨ ਦਿੱਤੀ ਜਾਣੀ ਹੈ ਤੇ ਕਿਸੇ ਵੀ ਤਰੀਕੇ ਦੀ ਹੋਰ ਸਾਰੀ ਪੋਲਿਟੀਕਲ ਗੈਦਰਿੰਗ ਰਿਲੀਜੀਅਸ ਗੈਦਰਿੰਗ ਇਹ ਸਾਰੀਆਂ ਤੇ ਪੂਰਨ ਤੌਰ ਤੇ ਰੋਕ ਹੈ ਜਿਹੜੇ ਵੀ ਵਿਦਿਅਕ ਸੰਸਥਾਵਾਂ ਨੇ ਜਿੱਦਾਂ ਕਿ ਸਕੂਲ ਕਾਲਜਸ ਉਹ ਬੰਦ ਰਹਿਣਗੇ ਲੇਕਿਨ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਉਥੇ ਜਾ ਸਕਦਾ ਹੈ ਮੈਡੀਕਲ ਤੇ ਨਰਸਿੰਗ ਕਾਲਜੇਸ ਨੂੰ ਸਾਰਿਆਂ ਨੂੰ ਛੂਟ ਦਿੱਤੀ ਹੈ ਜਿਹੜਾ ਵੀ ਕੋਈ ਰਿਕਰੂਟਮੈਂਟ ਦਾ ਕੋਈ ਇਗਜ਼ਾਮ ਹੋਣਾ ਉਹ ਸਾਰੇ ਪੋਸਟਪੋਨ ਕੀਤੇ ਜਾਣਗੇ ਜੇਕਰ ਉਹ ਸਿਰਫ ਜਿਹੜੇ ਕਿ ਕੋਵਿਡ ਦੀ ਕੋਈ ਮੈਨਪਾਵਰ ਨੂੰ ਇੰਗੇਜ ਕਰਨਾ ਹੈ ਜੇਕਰ ਉਹਦੇ ਲਈ ਕੋਈ ਰਿਕਰੂਟਮੈਂਟ ਦਾ ਇਗਜ਼ਾਮ ਹੈ ਸਿਰਫ ਉਹੀ ਅਲਾਉ ਕੀਤਾ ਜਾਊਗਾ ਉਸ ਤੋਂ ਇਲਾਵਾ ਸਾਰੇ ਟਾਈਪ ਦੇ ਰਿਕਰੂਟਮੈਂਟ ਐਗਜ਼ਾਮੀਨੇਸ਼ਨ ਬੰਦ ਕੀਤੇ ਜਾਂਦੇ ਨੇ ਜਿਹੜੇ ਪ੍ਰਾਈਵੇਟ ਆਫਿਸਸ ਨੇ ਜਿੱਦਾਂ ਕਿ ਸਰਵਿਸ ਇੰਡਸਟਰੀ ਦੇ ਵਿੱਚ ਆਰਕੀਟੈਕ ਚਾਰਟਡ ਅਕਾਊਂਟੈਂਟ ਇੰਸ਼ੋਰੈਂਸ ਕੰਪਨੀਆਂ ਇਹਨਾਂ ਨੂੰ ਹੁਣ ਸਿਰਫ ਘਰ ਤੋਂ ਹੀ ਪਰਮਿਸ਼ਨ ਹੈ ਜਿਹੜੇ ਪ੍ਰਾਈਵੇਟ ਆਫਿਸਸ ਨੇ ਉਹ ਬੰਦ ਰਹਿਣਗੇ ਤੇ ਗਵਰਨਮੈਂਟ ਆਫਿਸਸ ਦੇ ਵਿੱਚ ਵੀ ਜਿਹੜੇ ਵੀ 45 ਸਾਲ ਤੋਂ ਉੱਤੇ ਐ ਤੇ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਐ ਤੇ ਉਹਨਾਂ ਨੂੰ ਕੰਪਲਸਰੀਲੀ ਕਿਹਾ ਜਾਊਗਾ ਵੀ ਤੁਸੀਂ ਛੁੱਟੀ ਤੇ ਚਲੇ ਜਾਓਗੇ ਦਫ਼ਤਰ ਦੇ ਵਿੱਚ ਆਣਾ ਅਲਾਉਡ ਨਹੀਂ ਐ ਇਹਨਾਂ ਰੈਸਟ੍ਰਿਕਸ਼ਨਸ ਦੇ ਵਿੱਚ ਸਾਨੂੰ ਕਈ ਕੌਲਾਂ ਫੈਕਟਰੀਜ਼ ਬਾਰੇ ਆ ਰਹੇ ਸੀ ਕਿਉਂਕਿ ਫੈਕਟਰੀਜ਼ ਦੀ ਕਲੈਰਿਟੀ ਨਹੀਂ ਹੈ ਉਹ ਅਸੀਂ ਹੋਮ ਡਿਪਾਰਟਮੈਂਟ ਤੋਂ ਪਤਾ ਕਰਾਇਆ ਸੋ ਫੈਕਟਰੀਜ਼ ਦਾ ਜਿਹੜਾ 27 April ਦਾ ਆਰਡਰ ਹੈ ਜਿਹਦੇ ਵਿੱਚ ਲਿਖਿਆ ਹੈ ਵੀ ਸਾਰੇ ਫੈਕਟਰੀਜ਼ ਨੂੰ ਅਲਾਉਡ ਹੈ ਤੇ ਜਿਹੜੇ ਮੈਨੂਫੈਕਚਰਿੰਗ ਫੈਕਟਰੀ ਵਾਲੇ ਉਹ ਆਪਣਿਆਂ ਨੂੰ ਇਹਦੇ ਵਿੱਚ ਉਹ ਦੇ ਸਕਦੀਆਂ ਨੇ ਆਪਣੇ ਆਈਡੀ ਕਾਰਡ ਤੇ ਉਹਦੇ ਬੇਸਿਸ ਤੇ ਜਿਹੜੀ ਫੈਕਟਰੀ ਦੀ ਲੇਬਰ ਨੂੰ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਜਾਊਗੀ ਬਾਕੀ ਵੀ ਜਿਹੜੀ ਉਹਦੇ ਵਿੱਚ ਅਲਾਉਡ ਸੀਗੀ ਜਿੱਦਾ ਕੰਸਟਰਕਸ਼ਨ ਦੀ ਐਕਟੀਵਿਟੀ ਹੈ ਉਹ ਅਲਾਉਡ ਕੀਤੀ ਹੋਈ ਸੀਗੀ ਤੇ ਉਹ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਵੀ ਜਿਹੜੇ ਹਾਰਟੀਕਲਚਰ ਐਨੀਮਲ ਹਸਬੈਂਡਰੀ ਵੈਟਰਨਰੀ ਸਾਇੰਸਸ ਈ-ਕਾਮਰਸ ਵੈਕਸੀਨੇਸ਼ਨ ਆਊਟਰੀਚ ਕੈਂਪਸ ਵਗੈਰਾ ਇਸ ਟਾਈਪ ਦੀ ਜਿਹੜੀ ਐਸੈਂਸ਼ੀਅਲ ਐਕਟੀਵिटीज ਹੈ ਉਹ ਵੀ ਜਾਰੀ ਰਹਿ ਸਕਦੀ ਹੈ ਜਿਹੜਾ ਹੁਣ ਡੇਲੀ ਕਰਫਿਊ ਦਾ ਟਾਈਮ ਹੈਗਾ ਉਹ 6 ਵਜੇ ਤੋਂ ਲੈ ਕੇ ਅਗਲੇ ਦਿਨ ਸਵੇਰੇ ਨਾਈਟ ਕਰਫਿਊ ਜਿਹੜਾ ਡੇਲੀ ਲੱਗਦਾ ਉਹ 6 ਵਜੇ ਤੋਂ ਲੈ ਕੇ ਸ਼ਾਮ ਅਗਲੇ ਦਿਨ ਸਵੇਰੇ 5 ਵਜੇ ਤੱਕ ਹੋਏਗਾ ਤੇ ਜਿਹੜਾ ਵੀਕੈਂਡ ਕਰਫਿਊ ਹੈ ਉਹ ਸ਼ਾਮ ਸ਼ੁੱਕਰਵਾਰ ਨੂੰ 6 ਵਜੇ ਤੋਂ ਲੈ ਕੇ ਸੋਮਵਾਰ 5 ਜਿਹੜਾ ਸਵੇਰੇ ਤੱਕ ਹੋਏਗਾ ਸੋ ਇਹ ਹਦਾਇਤਾਂ ਨੇ ਇਹਨਾਂ ਦੇ ਬਾਬਤ ਤੁਹਾਨੂੰ ਫੇਰ ਵੀ ਕੋਈ ਕੁਇਰੀ ਹੈ ਤੇ ਸਾਡਾ ਹੈਲਪਲਾਈਨ ਨੰਬਰ ਹੈ ਉਹ ਅਸੀਂ ਉਹਦੇ ਵਿੱਚ ਤਿੰਨ ਹੰਟਿੰਗ ਲਾਈਨ ਲਗਾਤੀ ਹੈ ਉਹਦਾ ਨੰਬਰ ਹੈਗਾ 2224417 ਕੋਈ ਵੀ ਤੁਹਾਨੂੰ ਇਹਦੇ ਬਾਰੇ ਕੋਈ ਕਲੈਰਿਟੀ ਹੋਰ ਲੈਣੀ ਹੈ ਤਾਂ ਤੁਸੀਂ 2224417 ਦੇ ਉੱਤੇ ਫੋਨ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਬੈ ਅਵੇਲੇਬਿਲਿਟੀ ਕੋਈ ਹੋਰ ਰੈਮ ਡੈਸੇਵਰ ਦੀ ਅਵੇਲੇਬਿਲਿਟੀ ਹੋਰ ਕਿਸੇ ਟਾਈਪ ਦੀ ਵੀ ਜਾਣਕਾਰੀ ਚਾਹੀਦੀ ਹੈ ਤਾਂ ਵੀ ਤੁਸੀਂ ਆਪਣੇ ਸਾਡੇ ਡੀਸੀ ਆਫਿਸ ਦੇ ਕੰਟਰੋਲ ਰੂਮ ਨੰਬਰ 2224417 ਦੇ ਉੱਤੇ ਕਾਲ ਕਰ ਸਕਦੇ ਹੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਸਬੰਧਤ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਬਹੁਤ ਬਹੁਤ